ऐसा नाम निरंजन हो, ऐसा नाम निरंजन हो, ऐसा जी।
साहब जी की पावन पवित्र हजूरी के साडे बहुत ही सत्कारयोग माता गुरदेव कौर धर्म पत्नी स्वर्गवासी मकर सिंह जी सिखों उन्हां दी अंतम अरदास समय पहुंची गुरु रूप साध सिंह जी हो वाहेगुरु जी का खालसा वाहेगुरु जी की फतेह। गुरबाणी के प्रवान अनुसार राणा रंग को रहे रंग न तुंग फकीर बारी आपो अपनी कोई ना बंदे धीर। अज तो कुछ दिन पहला साडे सत्कारयोग माता गुरदेव कौर जी जो कि साडे नालों सदा लई विछड़ गए मौत दा जिहड़ी ओह परमात्मा दे हत्थ है। किसी भी प्राणी की मौत का कारण बनाउण वाला परमात्मा आप है। परमात्मा दे हुक्म अनुसार ही प्राणी इस संसार उपर आउंदा है। परमात्मा अपने हुक्म अनुसार ही प्राणी नूं इस संसार तों वापस बुला लैंदा है। गुरबाणी दा फरमान है कल्ले आए नानका सदे उठ जाए मौत साहिब। श्री गुरु ग्रंथ साहिब महाराज जी पावन पवित्र हजूरी च अज दे सोगमई समागम सभायमान बहुत ही सत्कार युक्त संगत नूं आदर ते सत्कार नाल फतेह सांझी करदा। वाहिगुरु जी का खालसा वाहिगुरु जी की फतेह। गुरमुख जन्म सवार दर कह चलिया सच्ची दरगह जाए सचा पिड़ मले। साडे इस महान पंथक परिवार दे उगे समाज सेवी परिवार सिखों परिवार दे अति सत्कार योग बेदाग शख्सियत मालक पूजनिक माता गुरदेव कौर जी सिखों अज ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਪਾਂ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਇਕੱਤਰ ਹੋਏ। ਪੂਜਨਿਕ ਮਾਤਾ ਜੀ ਕੁਛ ਦਿਨ ਪਹਿਲਾਂ ਆਪਣਾ ਪੰਜ ਗੁਰਦ ਸਰੀਰ ਤਿਆਗ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜਾ ਰਾਜੇ ਸਨ। ਸਿੱਖੋ ਪਰਿਵਾਰ ਨਾਲ ਸਾਬਕਾ ਸਰਪੰਚ ਸਵਰਗਵਾਸੀ ਸਰਦਾਰ ਕੇਹਰ ਸਿੰਘ ਜੀ ਦੇ ਪਰਿਵਾਰ ਨਾਲ ਮਾਤਾ ਗੁਰਦੇਵ ਕੌਰ ਜੀ ਦੇ ਭੋਗ ਅਤੇ ਅੰਤਮ ਲਾਲ ਚ ਜੁੜ ਬੈਠੇ ਸਾਰੇ ਹੀ ਸਤਿਕਾਰਯੋਗ ਬਜ਼ੁਰਗੋ ਮਾਤਾਓ ਭੈਣੋ ਵੱਖ ਵੱਖ ਪਾਰਟੀਆਂ ਦੇ ਰਾਸੀ ਆਗੂ ਸਾਹਿਬਾਨ ਮੈਂ ਸਾਰਿਆਂ ਦੇ ਚਰਨਾਂ 'ਚ ਗੁਰੂ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਰ ਸਾਰਿਆਂ ਦੇ ਚਰਨਾਂ 'ਚ ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਕਿ ਗੁਰੂ ਕੀ ਸੰਗਤ ਜਦੋਂ ਗੁਰੂ ਦਾ ਜਿਹੜਾ ਜਗਾਰ ਹੈ ਉਹ ਗਜਾਓ ਉਹਦੇ ਨਾਲ ਹੀ ਸਾਡਾ ਸਾਰਿਆਂ ਦਾ ਮੁੱਖ ਪਵਿੱਤਰ ਹੁੰਦਾ। ਸਾਰਿਆਂ ਦੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਤਿਕਾਰ ਜੋ ਸਰਦਾਰ ਸੁਖਪਾਲ ਸਿੰਘ ਸਰਪੰਚ ਸਾਹਿਬ ਉਹਨਾਂ ਨੇ Thank you.
Sahaja Amudah
Om Namah Shivaya.
ਸਾਨੂੰ ਸੈਂਕੜੇ ਸਾਲ ਪਹਿਲਾਂ ਇਹ ਗੱਲ ਕਹੇਗੀ ਵੀ ਮਰਨ ਲਿਖਾਏ ਮੰਡਲ ਨੇ। ਅੱਜ ਵੀ ਮਹਾਰਾਜ ਇਹੀ ਬਚਨ ਕਰਦੇ ਆ ਗੁਰੂ ਗ੍ਰੰਥ ਸਾਹਿਬ। ਮੰਡਲ ਕਿਹਨੂੰ ਕਹਿੰਦੇ? ਮੰਡਲ ਉਹ ਚੀਜ਼ ਜੋ ਗੁਲਾਈ ਵਿੱਚ ਹੋਵੇ। ਕਦੇ ਕੋਈ ਗੋਲ ਚੱਕਰ ਵਿੱਚ ਬੈਠੇ ਉਹਨਾਂ ਨੂੰ ਕਿਹਾ ਜਾਂਦਾ ਮੰਡਲ ਹੈ, ਮੰਡਲੀ ਹੈ। ਜੋ ਗੁਲਾਈ ਵਿੱਚ ਹੈ ਤੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੈਂਕੜੇ ਸਾਲ ਪਹਿਲਾਂ ਕਹਿਤਾ ਮਰਨ ਲਿਖਾਏ ਮੰਡਲ ਮੈਂ ਆਏ ਵੀ ਧਰਤੀ ਗੋਲ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਭਾਈ ਇੱਥੇ ਮੌਤ ਲਿਖਵਾ ਕੇ ਆਇਆ ਜਗਤ ਉੱਤੇ। ਜਾਣਾ ਸਭ ਨੇ ਹੈ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਦਿ ਕੈ ਕਾਲ ਨਾਨਕ ਹਰਗੁਣ ਗਾਏ ਦੇ ਛਾੜ ਸਗਲ ਜੰਜਾਲ। ਮਹਾਰਾਜ ਕਹਿੰਦੇ ਜੋ ਪੈਦਾ ਹੋਇਆ ਉਹਨੇ ਇੱਕ ਦਿਨ ਜਾਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਨ ਹੈ ਨੌਵੇਂ ਪਾਤਸ਼ਾਹ ਦਾ। ਇਸ ਕਰਕੇ ਤੂੰ ਰੱਬ ਦੇ ਗੁਣ ਗਾਦਾ ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰੇ ਜੀਵਨ ਦਾ ਛੁਟਕਾਰਾ ਨਹੀਂ ਹੋਣਾ। ਜਿਹੜੀ ਆਤਮਾ ਹੈ ਨਾ ਜੀਵ ਆਤਮਾ ਉਸਦਾ ਪਰਮਾਤਮਾ ਵਿੱਚ ਮਿਲਣ ਇੱਕ ਨਾਮ ਦੁਆਰਾ ਹੀ ਹੋ ਸਕਦਾ ਹੈ। ਇਸ ਕਰਕੇ ਪਾਤਸ਼ਾਹ ਜੀ ਸਾਨੂੰ ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹੈ। ਜਹ ਮਾਤ ਪਿਤਾ ਸੁਧ ਮੀਤ ਨਾ ਭਾਈ ਮਨ ਕੂਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ। ਕੇਵਲ ਤੇ ਕੇਵਲ ਤੇਰੇ ਅੰਗ ਸੰਗ ਤੇਰਾ ਸੰਗੀ ਸਾਥੀ ਨਾਮ ਨੇ ਬਣਨਾ। ਬਾਕੀ ਦੁਨੀਆਂ ਦੀ ਚੀਜ਼ ਮੈਂ ਬੇਨਤੀ ਕਰਾਂ ਕੋਈ ਵੀ ਪ੍ਰਾਣੀ ਚੜ੍ਹਾਈ ਕਰ ਜੇ ਉਹਦੇ ਪਿੱਛੇ ਨਹੀਂ ਜਾਂਦੀ। ਚਾਹੇ ਆਪਾਂ ਸੰਸਾਰ ਵਿੱਚ ਬੇਅੰਤ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਆਪਾਂ ਸੇਵਾ ਵਿੱਚ ਦਿੰਦੇ ਹਾਂ ਕੋਈ ਨਾ ਕੋਈ ਸੇਵਾ, ਕੋਈ ਪੱਖਿਆਂ ਦੀ ਸੇਵਾ, ਕਿਤੇ ਕੋਈ ਮੰਜਾ ਬਿਸਤਰਾ ਦਿੱਤਾ ਜਾਂ ਕੋਈ ਬਰਤਨ ਦਿੱਤੇ ਜਾਂ ਹੋਰ। ਇਹ ਚਲਾਏ ਤਾਂ ਸੀ ਬਜ਼ੁਰਗਾਂ ਨੇ ਪਹਿਲੇ ਸਮਿਆਂ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਰਾਹੀ ਪੰਧ ਹੀ ਰੁਕਦੇ ਹੁੰਦੇ ਸੀ ਆ ਕੇ ਅਤੇ ਉਦੋਂ ਮੰਜਿਆਂ ਦੀ ਬਿਸਤਰਿਆਂ ਦੀ ਗੁਰੂ ਘਰ ਵਿੱਚ ਲੋੜ ਹੁੰਦੀ ਸੀ, ਬਰਤਨਾਂ ਦੀ ਵੀ। ਅਤੇ ਉਸ ਸਮੇਂ ਹੁਣ ਲੋਕਾਂ ਕੋਲ ਇੰਨਾ ਧਨ ਨਹੀਂ ਸੀ ਹੁੰਦਾ ਵੀ ਬਹੁਤੇ ਬਰਤਨ ਦੇ ਸਕਣ। ਇਸ ਕਰਕੇ ਕਿਸੇ ਸਿਆਣਿਆਂ ਨੇ ਰੀਤ ਚਲਾਤੀ ਹੋਣੀ ਹੈ ਵੀ ਚਲੋ ਮ੍ਰਿਤਕ ਪ੍ਰਾਣੀ ਦੇ ਨਿਮਿੱਤ ਹੀ ਸੇਵਾ ਕਰ ਦਿਆ ਕਰੋ। ਅੱਜ ਕੱਲ੍ਹ ਆਪਣੇ ਕੋਲ ਪ੍ਰਬੰਧ ਨੇ, ਆਪਾਂ ਕੋਈ ਬਰਤਨ ਲਿਆਉਂਦੇ ਹਾਂ ਇਕੱਠੀ ਵੇਲ ਲੈ ਕੇ ਆਉਂਦੇ ਹਾਂ। ਹੁਣ ਇਸਦਾ ਇਹ ਭਾਵ ਨਹੀਂ ਹੁੰਦਾ ਵੀ ਇਹ ਜਿਹੜੀਆਂ ਚੀਜ਼ਾਂ ਆਪਾਂ ਦੇਤੀਆਂ ਪੱਖਾ ਬਰਤਨ ਜਾਂ ਕੋਈ ਹੋਰ ਇਹਦਾ ਕੋਈ ਮਰਨ ਵਾਲੇ ਨਾਲ ਸੰਬੰਧ ਹੈ ਵੀ ਜਾਂ ਉਹਦੇ ਕਿਤੇ ਪਿੱਛੇ ਜਾਂਦੀਆਂ ਹੋਣਗੀਆਂ। ਨਹੀਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਰੀਰ ਦੀ ਕਿਰਿਆ। ਮੰਜਾ ਬਿਸਤਰਾ ਸਰੀਰ ਨੂੰ ਚਾਹੀਦਾ, ਭਾਂਡੇ ਸਰੀਰ ਨੂੰ ਚਾਹੀਦੇ ਨੇ, ਰੋਟੀ ਸਰੀਰ ਦੀ ਖੁਰਾਕ ਹੈ, ਕੱਪੜਾ ਸਰੀਰ ਨੂੰ। ਅਤੇ ਸਰੀਰ ਦਾ ਭਾਰਤੀ ਸੰਸਕਾਰ ਦਾ ਜਿਹੜਾ ਸਾਡੀ ਜੀਵ ਆਤਮਾ ਹੈ ਉਹਦੇ ਲਈ ਇਹ ਨਹੀਂ ਹੈ। ਉਹਦੇ ਲਈ ਕੱਪੜਾ ਚਾਹੀਦਾ, ਉਹਦੇ ਲਈ ਵੀ ਰੋਟੀ ਚਾਹੀਦੀ ਹੈ। ਉਹ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹਰ ਨਾਮ ਹਮਾਰਾ ਪਹਿਨਣ ਜਿੱਦ ਕਰ ਨੰਗੇ ਨਾ ਹੋਵੇ ਹੋਰ ਪਹਿਨਣ ਕੀ ਹਮਾਰੀ ਸ਼ਰਤ ਗਈ। ਜਿਹੜਾ ਨਾਮ ਰੂਪੀ ਕੱਪੜਾ ਉਹ ਸਾਡੀ ਜੀਵ ਆਤਮਾ ਨੂੰ ਨੰਗੇਜ ਢੱਕਦਾ ਹੈ। ਇਹ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿੱਤ ਖਾਇਆ ਹਮਕੋ ਤ੍ਰਿਪਤ ਪਈ। ਨਾਮ ਹੀ ਭੋਜਨ ਹੈ ਭਾਈ ਜਿਹੜਾ ਜੀਵ ਆਤਮਾ ਨੇ ਛਕਣਾ। ਸਰੀਰ ਦੀ ਬਾਹਰੀ ਭੋਜਨ ਦੀ ਜ਼ਰੂਰਤ ਹੈ ਪਰ ਜੀਵਾਤਮਾ ਵਾਸਤੇ ਨਾਮ ਰੂਪੀ ਭੋਜਨ ਚਾਹੀਦਾ। ਤੋ ਇਸ ਕਰਕੇ ਬੇਨਤੀ ਕਰ ਰਹੇ ਸੀ ਵੀ ਗੁਰੂ ਸਾਹਿਬ ਕਹਿੰਦੇ ਤਾਹ ਕੇਵਲ ਨਾਮ ਸੰਗ ਤੇਰੇ ਚੱਲੇ। ਆਪਾਂ ਲਿਖਿਆ ਤਾਂ ਵੀ ਓਨਲੀ ਨਾਮ ਹੀ ਜਿਹੜਾ ਹੈ ਤੇਰੇ ਸੰਗੀ ਸਾਥੀ ਤੇਰੇ ਨਾਲ ਜਾਣਾ, ਬਾਕੀ ਦੁਨੀਆਂ ਦੀ ਸਹੂਲਤ ਵਾਸਤੇ ਹੈ। ਕੋਈ ਆਪਾਂ ਸੇਵਾ ਕਰਦੇ ਹਾਂ ਆਪਣੇ ਪਿਆਰੇ ਦੀ ਯਾਦ ਵਿੱਚ, ਕੋਈ ਮਾਤਾ ਭਾ ਭੈਣ ਕੋਈ ਵੀ ਸੰਸਾਰ ਤੇ ਦੇਖੋ ਆਪਾਂ ਜਿੰਨੇ ਵੀ ਆਪਣਾ ਕੋਈ ਪਿਆਰਾ ਚੜ੍ਹਾਈ ਕਰ ਜਾਂਦਾ, ਕੋਈ ਮਾਤਾ ਹੈ ਪਿਤਾ ਹੈ, ਉਹਨਾਂ ਦੀ ਯਾਦ ਅੰਦਰ ਫਿਰ ਆਪਾਂ ਇਹ ਭਾਵਨਾ ਵੀ ਆਪਣੇ ਧਾਰਮਿਕ ਅਸਥਾਨਾਂ ਦੇ ਗੁਰੂ ਮਹਾਰਾਜ ਦੀਆਂ ਸੰਗਤਾਂ ਵੱਲ ਕਰ ਰਹੇ ਸੀ ਆਪਾਂ ਇਸ ਵਿਸ਼ੇ ਉੱਤੇ ਕਿ ਜਾਣਾ ਹੈ ਇੱਕ ਦਿਨ ਤੇ ਇਹਦਾ ਸੰਗੀ ਸਾਥੀ ਨਾਮ ਨੇ ਬਣਨਾ ਹੈ।
ਪਾਤਸ਼ਾਹ ਕਹਿੰਦੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਉ ਸਾਵੇਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਂਦੇ ਤਾਂ ਤੈਨੂੰ ਦਰਗਾਹ ਵਿੱਚ ਥਾਂ ਪ੍ਰਾਪਤ ਹੋ ਸਕਦੀ ਹੈ। ਦਰਗਾਹ ਅੰਦਰ ਥਾਂ ਮਿਲਣੀ ਹੈ ਜੇ ਗੁਰੂ ਦੇ ਦੇਵ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਬੰਦਿਆ ਤੂੰ ਬੜੀ ਸੇਵਾ ਕਰਦਾ ਹੈ ਕੁਝ ਮੰਗ ਲੈ। ਉਹਨੇ ਕਿਹਾ ਮਹਾਰਾਜ ਫਿਰ ਮੈਨੂੰ ਸੱਚਖੰਡ ਵਿੱਚ ਪੀੜੀ ਜਿੰਨੀ ਥਾਂ ਦੇ ਦਿੱਤੀ ਦੁਨੀਆਂ ਦਿੱਤੀ ਹੈ ਮੈਨੂੰ ਦੁਨੀਆਂ ਬਦਲੇ ਦੁਨੀਆਂ ਦੀ ਚੀਜ਼ ਮੰਗ ਲੈ ਜੋ ਮੰਗੋ ਦਾ ਭਾਵ ਕੀ ਹੈ ਕਿਸੇ ਨੂੰ ਫਾਸੀ ਲੱਗਣੀ ਹੋਵੇ ਉਹਨੂੰ ਪੁੱਛ ਲੈ ਤੇਰੀ ਕੋਈ ਆਖਰੀ ਇੱਛਾ ਦੱਸ ਜੇ ਉਹਨੂੰ ਫਾਸੀ ਲੱਗਣ ਵਾਲਾ ਕਹਿ ਦੇ ਵੀ ਮੇਰੇ ਵਾਲਾ ਪਹਾੜ ਦੇ ਵਰਜ ਪਾਲਾ ਕਦੇ ਮੰਗਣਾ ਕਿਸੇ ਨੇ ਉਹਦਾ ਭਾਵ ਹੁੰਦਾ ਵੀ ਕੋਈ ਦੁਨਿਆਵੀ ਚੀਜ਼ ਚਾਹੀਦੀ ਹੈ ਕੋਈ ਖਾਣਾ ਪੀਣਾ ਮਿਲਣਾ ਤੇ ਦੱਸ ਕਿਸੇ ਨੂੰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਡੱਲਿਆ ਤੈਂ ਦੁਨੀਆਂ ਦਿੱਤੀ ਹੈ ਦੁਨੀਆਂ ਬਦਲੇ ਦੁਨੀਆਂ ਦਾ ਜਿਹੜਾ ਕੁਝ ਮੰਗੇ ਦੇ ਸਕਦਾ ਰਾਜ ਭਾਗ ਮਹਾਰਾਜ ਤਾਂ ਸਭ ਕੁਝ ਹੈਗਾ ਧਨ ਹੈ ਦੁੱਧ ਪੁੱਤ ਸਭ ਕੁਝ ਮੇਰੇ ਘਰ ਹੈ। ਸੱਚਖੰਡ ਵਿੱਚ ਥਾਂ ਮਿਲ ਜੇ ਤਾਂ ਪਾਤਸ਼ਾਹ ਕਹਿੰਦੇ ਫਿਰ ਡੱਲਿਆ ਅੰਮ੍ਰਿਤ ਛਕ ਸੁੱਖ ਇਹ ਜੀਵ ਵੱਧ ਹੈ ਹਉਮੈ ਕਰਮ ਕਮਾਏ। ਮਾਇਆ ਕੀ ਹੈ ਜਦੋਂ ਸੁਰਤ ਪ੍ਰਮਾਤਮਾ ਨਾਲ ਟੁੱਟ ਕੇ ਦੁੱਖਾਂ ਔਰ ਸੁੱਖਾਂ ਵਿੱਚ ਬੱਝੀ ਜਾਵੇ ਦੁੱਖਾਂ ਤੇ ਸੁੱਖਾਂ ਦੇ ਬੰਧਨਾਂ ਵਿੱਚ ਜਕੜੀ ਜਾਵੇ ਪ੍ਰਮਾਤਮਾ ਦੇ ਭਾਣੇ ਗੁਰੂ ਦੀ ਰਜ਼ਾ ਗੁਰੂ ਦੀ ਮਰਜ਼ੀ ਤੋਂ ਉਲਟ ਹੋ ਕੇ ਵੀ ਦੁੱਖ ਆ ਗਿਆ ਤੜਫਿਆ ਸੁੱਖ ਆਇਆ ਤੇ ਛਾਲਾਂ ਬੜੀਆਂ ਮਾਰੀਆਂ। ਸਾਡਾ ਕੰਮ ਇਹੀ ਹੈ ਗੁਰਮੁਖ ਜਨ ਜਿਹੜੇ ਭਾਈ ਨਾਮ ਨਾਲ ਜੁੜ ਜਾਂਦੇ ਆ ਪਰ ਮਾਇਆ ਤੋਂ ਉੱਪਰ ਉੱਠ ਜਾਂਦੇ ਆ ਦੁੱਖਾਂ ਔਰ ਸੁੱਖਾਂ ਦੇ ਬੰਧਨਾਂ ਤੋਂ ਆਪਾਂ ਜਿੰਨੇ ਆ ਮੇਰੇ ਸਮੇਤ ਆਪਾਂ ਅਜੇ ਦੁੱਖਾਂ ਸੁੱਖਾਂ ਵਿੱਚ ਜਕੜੇ ਹੋਏ। ਗੁਰੂ ਸਾਹਿਬਾਂ ਦੀ ਹਿਸਟਰੀ ਜੀਵਨ ਪੜ੍ਹੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਦੁੱਖਾਂ ਤੇ ਸੁੱਖਾਂ ਇਹਨਾਂ ਚੀਜ਼ਾਂ ਤੋਂ ਸੁੱਖ ਵੀ ਦੁਨੀਆਂ ਦੇ ਜਦੋਂ ਵੇਖਣੇ ਤਾਂ ਕਦੇ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹੋ ਜਿਹੜੀ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ ਸਜਦੀ ਸੀ ਉਹਨਾਂ ਸਮਿਆਂ ਵਿੱਚ 1.25 ਲੱਖ ਦੀ ਬਣੀ। ਜਿਸ ਜਿਹੜਾ ਸ਼ਮਿਆਨਾ ਮਹਾਰਾਜ ਤੇ ਝੂਲਦਾ ਸੀ ਨਾ ਉਸ ਸਮੇਂ ਵਿੱਚ ਉਹ ਵੀ 1.25 ਲੱਖ ਦਾ ਬਣਿਆ। ਅੱਜ ਤੱਕ ਕੁਝ ਪ੍ਰਚਾਰਕ ਸਾਡੇ ਉਹ ਰੁਮਾਲੇ ਚੜ੍ਹਾਉਣ ਤੇ ਕਿੰਤੂ ਕਰੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਪਤਾ ਨਹੀਂ ਕੀ ਹੈ ਜਾਂ ਆਪ ਕਦੇ ਆ ਇਹ ਨਹੀਂ ਸੋਚਿਆ ਵੀ ਤੁਸੀਂ ਆਪਣੇ ਵੀ ਇਹ ਤਾਂ ਸਿੱਖ ਦੀ ਸ਼ਰਧਾ ਹੈ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਕਹਿੰਦੇ ਜੀ ਵੇਸਟ ਹੋ ਰਹੇ ਆ ਇਹਨਾਂ ਦਾ ਦੁਰਵਰਤੋਂ ਹੋ ਰਹੀ ਹੈ ਤਾਂ ਬਹੁਤ ਕੁਝ ਹੋ ਰਿਹਾ ਸਮਾਜ ਵਿੱਚ ਗੁਰਸਿੱਖ ਦੀ ਭਾਵਨਾ ਸਤਿਗੁਰੂ ਕਿਰਪਾ ਕਰਨ 1.25 ਲੱਖ ਦਾ ਸ਼ਮਿਆਨਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੀਸ ਤੇ ਤਾਂ ਜਿਹੜਾ ਸ਼ਮਿਆਨਾ ਝੂਲਦਾ। ਫਿਰ ਇੱਕ ਪ੍ਰਸਾਦੀ ਹਾਥੀ ਦਾ ਜ਼ਿਕਰ ਆਉਂਦਾ ਹੈ ਉਹ ਚੌਰ ਕਰਦਾ ਹੁੰਦਾ ਸੀ ਸੁੰਡ ਵਿੱਚ ਫੜ ਕੇ ਵਧੀਆ ਟ੍ਰੇਨਿੰਗ ਦਿੱਤੀ ਹੋਈ ਸੀ ਉਸਨੂੰ ਤੇ ਉਹ ਵੀ ਉਹਨਾਂ ਸਮਿਆਂ ਵਿੱਚ ਉਹਦਾ ਮੁੱਲ ਵੀ 1.25 ਲੱਖ ਸੀ। ਫਿਰ ਇੱਕ ਪੰਚਕਲਾ ਸ਼ਸਤਰ ਸੀ ਵੀ ਜਿਹਦੇ ਵਿੱਚੋਂ 5 ਸ਼ਸਤਰ ਇਕੱਠੇ ਚੱਲਦੇ ਸੀ ਉਹ ਵੀ ਉਹਨਾਂ ਸਮਿਆਂ ਵਿੱਚ 1.25 ਲੱਖ ਦਾ। ਜਿਸ ਚੌਂਕੀ ਉੱਤੇ ਪਾਤਸ਼ਾਹ ਬਿਰਾਜਮਾਨ ਹੁੰਦੇ ਉਹ ਵੀ ਉਸ ਸਮੇਂ 1.25 ਲੱਖ ਦੀ ਸੀ ਤੇ ਦੁਨੀਆਂ ਦੇ ਬਾਦਸ਼ਾਹਾਂ ਨੂੰ ਮਾਤ ਪਾਉਂਦਾ ਸੀ ਕਲਗੀਧਰ ਪਾਤਸ਼ਾਹ ਦਾ ਦਰਬਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤਖ਼ਤ ਤੇ ਬਿਰਾਜਦੇ ਸਨ ਤੇ ਦੁਨੀਆਂ ਦੇ ਤਖ਼ਤ ਫਿੱਕੇ ਪੈ ਜਾਂਦੇ ਸੀ ਨੀਵੇਂ ਪੈ ਜਾਂਦੇ ਸੀ। ਸੁੱਖ ਦੁਨੀਆਂ ਦੇ ਦੇਖਣ ਮੁਤਾਬਕ ਬੜੇ ਨੇ
पर जिते छड़ना सी आनंदपुर साहब मिनट भी नहीं लाया सब कुछ छड़िया आखो सतनाम श्री क्यों बात है ये सवाल है माया की ओदा उत्तर है माया वो है जदों जीओ साडा जीव आत्मा दुखा सुखा विच जकड़ी हुई है समझो माया विच ते माया काम की करती है होमे कर्म पंजां विकारां दी मां है होमे की है डबल है भी मेरी कोई अपनी होंद है मेरी भी कोई होंद हस्ती है जदों साडे मन विच इह चीज है जिन्ने काम करांगे फिर मैं मेरी तेरा तेन सौंपता फिर मेरा फिर महाराज ओनू समझाउंदे भी है वे जे कोई मेरी मेरी करदा है ना सतगुरां ने उदाहरण दित्ती दुर्योधन दी भी याद रख इत्थे तू करदा है मेरी 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 भगत कबीर साहब ने वचन कीता है उपजै निबजै निबजै समाई नैने देखत इह जग जाई लाज ना मरो कहो घर मेरा अंत की वार नहीं कछ तेरा तेरा कुछ नहीं बाकी चीजां तां छड्ड भगत कबीर साहब कहिंदे अनक यतन कर काया पाती मरती वार अगन संग जाया शरीर भी अगे सड़ना पैना भी तेरे नाल नहीं जाना जो नाम देव जी के वचन ने इत्थे ते इहो जिहे भी आए ने बारह रोजन छतर चले था देही गिरजन खाई बहु वचन शब्द है गिरजन भाव की है जे कोई अंतम क्रिया कुछ इस तरह एक भावना पढ़ते होंगे ਤੰਗ ਸੁਰੰਗ ਸਵਾਰੇ
कोट तुरंग पुरंग से कूद तपान के गौन को जात निवारे भारी पुजान के भूप भली विद न्याप तुशीस न जात विचारे एते भय तो कहां भय कुपत अंत को नागे ही पाए पदारे। ये अर्थ पास है ए मतंग मस्त हाथी सोने न डरे जा संतनु को मारे सतगुरु मैं वाहेगुरु जी।
चमकियां झंडे होंगे वो गुरु अटल भगता जय कार गुरु जी सिखां दा मन नीवा मत उच्ची मन दा राखा आप वाहिगुरु के अकाल पुरख अपने पंथ दे सदा सहाई दा कारज उस नूं गुरुद्वारे तों थामा जिन्हां तों पंथ नूं विछोड़िया गया अपने आप जी दा आसरा रखे अगे विखे पाठ प्रकाश करवाए भोग पाए गए पातशाह परंत आप जी दे पावन दरबार साहिब निवान सजे कथा कीर्तन विचारां हुंदियां ने संगतां हाजर हुंदियां कि निवास पातशाह बाणी पढ़दे आ कथा कीर्तन विचार करदे आ परिवार वलों सेवा करदे हुंदियां बेअंत भुजां दी किमन बख्शी समूह संगत दी अरदास है पातशाह माता देव अपने चरणां विच निवास पातशाह पिछे परिवार नूं पाणा हुंदा दा बल बख्शिश करना परिवार सहित मिहर भरिया हथ रखना तंदुरुस्ती बख्शनी जो माई भाई छके वाहगुरु श्री मुख वार बख्शिश करके निहाल निहाल करो जो माई भाई दर आवे सो राधि जावे सही प्यारे देव जिन्हें मिलिया मेरा नाम जित आवे नानक नाम चढ़दी कला तेरे पाणी सदा
ਗੁਰੂ ਗ੍ਰੰਥ ਸਾਹਿਬ ਬਾਰੇ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਤੇ ਹਲਕੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਤਾਂ ਸਭਾਏਵਾਨ ਹਨ, ਜਿਨ੍ਹਾਂ ਦੇ ਵਿੱਚ ਧਾਰਮਿਕ, ਰਾਜਸੀ, ਹੋਰ ਸਾਰੀਆਂ ਪਿੰਡਾਂ ਦੇ ਸਰਪੰਚ, ਪੰਚ ਸਾਬਕਾ ਸਰਪੰਚ, ਨੰਬਰਦਾਰ ਸਾਹਿਬਾਨ, ਵੱਡੀ ਗਿਣਤੀ ਦੇ ਵਿੱਚ ਸ਼ੇਖੋਂ ਪਰਿਵਾਰ ਜਿਹਨਾਂ ਦੁੱਖ ਦਾ ਪ੍ਰਗਟਾਵਾ ਕਰਨ ਲਈ ਇੱਥੇ ਆਏ ਨੇ। ਮੈਥੋਂ ਪਹਿਲਾਂ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਬੁਰਜ ਨਕਲੀਆਂ, ਜੋ ਕਿ ਜਿਨ੍ਹਾਂ ਤੇ ਪੰਥ ਪ੍ਰਸਿੱਧ ਉੱਘੇ ਰਾਗੀ ਹਨ, ਜਿਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਬੜੀ ਵੱਡੀ ਜਾਣਕਾਰੀ ਹੈ। ਉਹਨਾਂ ਨੇ ਪੂਜਨੀਕ ਮਾਤਾ ਜੀ ਦੇ ਨਿਮਿਤ ਬਹੁਤ ਹੀ ਵੈਰਾਗਮਈ ਕਥਾ ਕੀਰਤਨ ਕੀਤਾ ਵਾ। ਦਾਸ ਨੂੰ ਪ੍ਰੋਗਰਾਮ ਇੱਕ ਦੋ ਹੋਰ ਵੀ ਸਨ। ਮੈਨੂੰ ਮੇਰੇ ਵੱਡੇ ਵੀਰ ਸਰਦਾਰ ਰਣਜੀਤ ਸਿੰਘ ਜੀ ਤਲਵੰਡੀ ਸਾਹਿਬ ਦਾ ਚੰਡੀਗੜ੍ਹ ਤੋਂ ਫੋਨ ਆਇਆ ਸੀ ਕਿ ਤੁਸੀਂ ਸ਼ੇਖੋਂ ਪਰਿਵਾਰ ਦੇ ਨਿਮਿਤ ਪਹਿਲਾਂ ਹਾਜ਼ਰੀ ਲਗਾਓ। ਸੋ ਮੈਂ ਪੂਜਨੀਕ ਮਾਤਾ ਜੀ ਜਿਵੇਂ ਪਰਿਵਾਰ ਦੇ ਮੈਂਬਰ ਦੱਸ ਰਹੇ ਸਨ, ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦਾ ਬੜਾ ਹੀ ਆਦਰਸ਼ਵਾਦੀ ਜੀਵਨ ਸੀ। ਉਹਨਾਂ ਨੇ ਜੀਵਨ ਦਾ ਵਧੇਰੇ ਸਮਾਂ ਗੁਰੂ ਘਰ ਦੀ ਸੇਵਾ ਤੇ ਸਿਮਰਨ ਚਲਾਇਆ। ਮੈਂ ਸ਼ੇਖੋਂ ਪਰਿਵਾਰ ਦਾ ਉਹਨਾਂ ਦੇ ਹੋਣਾ ਸਪੁੱਤਰ ਸਰਦਾਰ ਕੁਲਵੰਤ ਸਿੰਘ ਜੀ ਸ਼ੇਖੋਂ ਅਤੇ ਉਹਨਾਂ ਦੇ ਪੋਤਰੇ ਸਰਦਾਰ ਜਗਤਾਰ ਸਿੰਘ ਸ਼ੇਖੋਂ, ਜੋ ਇਸ ਨਗਰ ਉਮਰਪੁਰਾ ਦੀ ਗ੍ਰਾਮ ਪੰਚਾਇਤ ਦੇ ਵਿੱਚ ਪੰਚ ਹਨ, ਅਤੇ ਉਹਨਾਂ ਦੇ ਪੋਤਰੇ ਪਰਮਿੰਦਰ ਸਿੰਘ ਯੂਕੇ ਜੋ ਇੰਗਲੈਂਡ ਤੋਂ ਆਏ ਹਨ। ਮੈਂ ਪੂਰੇ ਸ਼ੇਖੋਂ ਪਰਿਵਾਰ ਦੇ ਨਾਲ ਤਲਵੰਡੀ ਪਰਿਵਾਰ ਵੱਲੋਂ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। ਮੌਤ ਇੱਕ ਤਲ ਸੱਚਾਈ ਹੈ, ਇੱਕ ਯੂਨੀਵਰਸਲ ਟਰੁੱਥ ਆ। ਇਹਦੀ ਫਿਲਾਸਫੀ ਨੂੰ ਸਮਝਣਾ ਬੜੇ ਹੀ ਔਖਾ। ਨਾਨਕ ਕਿਸ ਨੂੰ ਆਖੀ ਹੈ, ਬਿਨ ਪੁੱਛਿਆ ਹੀ ਲੈ ਜਾਏ, ਤੇ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਪਾਣਾ ਵਾ। ਸੋ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਮਹਾਨ ਸਤਿਕਾਰ ਸ਼ਹੀਦ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਸ਼ਰਧਾ ਦੇ ਨਾਲ ਅਰਪਿਤ ਕਰਦਾ। ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਦਾ, ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਬਖਸ਼ਣ, ਪਿੱਛੇ ਸ਼ੇਖੋਂ ਪਰਿਵਾਰ ਨੂੰ, ਸਕੇ ਸੰਬੰਧੀਆਂ ਨੂੰ ਭਾਨਾ ਉਹਨਾਂ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਭਾਈ ਪਰਮਿੰਦਰ ਸਿੰਘ ਜੀ ਇੰਗਲੈਂਡ ਦੇ ਵਿੱਚ, ਜੋ ਕਿ ਜਿਹਨਾਂ ਦਾ ਕਾਰੋਬਾਰ ਹੈ, ਅਤੇ ਉਹਨਾਂ ਦੇ ਭਤੀਜੇ ਭਾਈ ਜਗਤਾਰ ਸਿੰਘ ਜੀ ਸੇਖੋਂ, ਜੋ ਕਿ ਗ੍ਰਾਮ ਪੰਚਾਇਤ ਦੇ ਵਿੱਚ ਪੰਜ ਦੇ ਅਹੁਦੇ ਤੇ ਲੈ ਕੇ ਸਮਾਜ ਕੰਮਾਂ ਦੇ ਵਿੱਚ ਪਿੰਡ ਦੇ ਵਿੱਚ ਆਪਣਾ ਵਡਮੁੱਲਾ ਜਿਹੜਾ ਯੋਗਦਾਨ ਪਾ ਰਹੇ ਨੇ। ਸੋ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਬੇਨਤੀ ਕਰੂੰਗਾ, ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜੋ ਕਿ ਸਕੱਤਰ ਦੇ ਅਹੁਦੇ ਤੇ ਨੇ, ਸਰਦਾਰ ਲਖਵਿੰਦਰ ਸਿੰਘ ਜੀ ਸਪਰਾ ਨੂੰ, ਉਹ ਮਾਤਾ ਗੁਰਦੇਵ ਕੌਰ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਨਗੇ, ਅਤੇ ਨਾਲ ਹੀ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਪਰਿਵਾਰ ਵੱਲੋਂ ਕਰਨਗੇ। ਸਰਦਾਰ ਲਖਵਿੰਦਰ ਸਿੰਘ ਜੀ ਸਪਰਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ, ਸਰਦਾਰ ਲਖਵਿੰਦਰ ਸਿੰਘ ਜੀ ਸਪਰਾ ਸਾਹਿਬ, ਸੇਖੋਂ ਪਰਿਵਾਰ ਨਾਲ ਸਾਬਕਾ ਸਰਪੰਚ ਸਵਰਗ ਵਾਸੀ ਸਰਦਾਰ ਕੇਹਰ ਸਿੰਘ ਜੀ ਦੇ ਪਰਿਵਾਰ ਨਾਲ, ਮਾਤਾ ਗੁਰਦੇਵ ਕੌਰ ਜੀ ਦੇ ਭੋਗ ਅਤੇ ਅੰਤਾਂ ਰਾਜ ਚ ਜੁੜ ਬੈਠੇ ਸਾਰੇ ਹੀ ਸਤਿਕਾਰਯੋਗ ਬਜ਼ੁਰਗੋ, ਮਾਤਾਓ, ਭੈਣੋ, ਵੱਖ ਵੱਖ ਪਾਰਟੀਆਂ ਦੇ ਰਾਸੀ ਆਗੂ ਸਾਹਿਬਾਨ, ਮੈਂ ਸਾਰਿਆਂ ਦੇ ਚਰਨਾਂ 'ਚ ਗੁਰੂ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਰ ਸਾਰਿਆਂ ਦੇ ਚਰਨਾਂ 'ਚ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਕਿ ਗੁਰੂ ਕੀ ਸੰਗਤ ਜਦੋਂ ਗੁਰੂ ਘਰ ਜਿਹੜਾ ਜਗਾਰ ਹੈ ਉਹ ਬਜਾਓ, ਉਹਦੇ ਨਾਲ ਹੀ ਸਾਡਾ ਸਾਰਿਆਂ ਦਾ ਮੁੱਖ ਪਵਿੱਤਰ ਹੁੰਦਾ। ਸਾਰਿਆਂ ਦੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਤਿਕਾਰ ਜੋ ਸਰਦਾਰ ਸੁਖਪਾਲ ਸਿੰਘ ਸਰਪੰਚ ਸਾਹਿਬ ਉਹਨਾਂ ਨੇ ਮਾਤਾ ਜੀ ਦੇ ਬਾਰੇ ਸਮੁੱਚੇ ਪਰਿਵਾਰ ਬਾਰੇ ਤੁਹਾਡੇ ਨਾਲ ਦੁੱਖ ਸਾਂਝਾ ਕੀਤਾ। ਮਾਂ ਬਾਰੇ ਜੋ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਉਹ ਹੂ ਸੱਚ ਹੈ, ਔਰ ਉਹ ਜਿਹੜਾ ਸੱਚ ਹੈ ਉਹ ਮਾਂ ਗੁਰਦੇਵ ਕੌਰ ਦੀ ਜ਼ਿੰਦਗੀ ਦੇ ਨਾਲ ਮੇਲ ਖਾਂਦਾ। ਵਿਦਵਾਨਾਂ ਦਾ ਕਹਿਣਾ ਕਿ ਦੁਨੀਆਂ ਦੇ ਉੱਤੇ ਮਨੁੱਖ ਦੇ ਲਈ ਸਭ ਤੋਂ ਵੱਡਾ ਬੋਝ ਕੀ ਹੈ, ਉਹ ਬੋਝ ਕਿ ਕਿਸੇ ਮਾਤਾ ਪਿਤਾ ਦੇ ਬੈਠਿਆਂ ਤੋਂ ਉਹਦੇ ਨੌਜਵਾਨ ਪੁੱਤਰਾਂ ਦਾ ਤੁਰ ਜਾਣਾ, ਇਸ ਤੋਂ ਵੱਡਾ ਇਸ ਸੰਸਾਰ 'ਤੇ ਕੋਈ ਬੋਝ ਨਹੀਂ ਮੰਨਿਆ ਜਾਂਦਾ। ਮਾਂ ਗੁਰਦੇਵ ਕੌਰ ਲਈ, ਸਰਦਾਰ ਮੱਘਰ ਸਿੰਘ ਲਈ ਇਸ ਤੋਂ ਵੱਡਾ ਕੋਈ ਬੋਝ ਨਹੀਂ ਸੀ। ਮਾਂ ਇੱਕ ਐਸੀ ਮੂਰਤ ਦਾ ਨਾਮ ਜਿਹਦੇ ਬਾਰੇ ਸ਼ਬਦਾਂ 'ਚ ਕਹਿਣਾ, ਸ਼ਬਦਾਂ 'ਚ ਬਿਆਨ ਕਰਨਾ ਬੜਾ ਮੁਸ਼ਕਲ ਹੈ। ਜੋ ਸੰਸਾਰ ਦੇ ਅਸੀਂ ਕਾਰਜਾਂ 'ਚ ਵਜੇ ਮਨੁੱਖ ਹਾਂ ਉਹਨਾਂ ਦੇ ਮੁਤਾਬਕ ਮਾਂ ਨੇ ਆਪਣੇ ਪਰਿਵਾਰ ਨੂੰ ਚੰਗੀ ਸੇਧ ਦਿੱਤੀ। ਤੁਸੀਂ ਸਾਰੇ ਜਾਣਦੇ ਹੋ ਕਿ ਬਾਪੂ ਕੇਰ ਸਿੰਘ, ਬਾਪੂ ਸਰਦਾਰ ਮੱਘਰ ਸਿੰਘ ਸਮੁੱਚਾ ਪਰਿਵਾਰ ਇਸ ਇਲਾਕੇ 'ਚ ਕਿੰਨਾ ਆਪਣਾ ਨਾਂ ਰੱਖਦਾ, ਕਿੱਦਾਂ ਨਾਮਾ ਖੱਟਿਆ। ਔਰ ਜੋ ਸਤਿਗੁਰਾਂ ਦਾ ਹੁਕਮ ਹੈ ਉਸ ਹੁਕਮ ਦੇ ਮੁਤਾਬਕ ਜਿਹਾ ਚੀਰ ਲਿਖਿਆ ਤੇ ਹਾਂ ਹੁਕਮ ਗਵਾਏ ਇਕੱਲੇ ਆਵੇ ਨਾਨਕਾ ਸੱਦੇ ਉੱਠ ਹੀ ਜਾਏ। ਤੇ ਸਤਿਗੁਰਾਂ ਦੇ ਉਸ ਸੱਚੇ ਬੋਲਾਂ ਦੇ ਮੁਤਾਬਕ ਹਰ ਮਨੁੱਖ ਨੇ ਇੱਥੋਂ ਜਾਣਾ ਵੀ ਸੱਚ ਹੈ। ਜੇ ਕਦੇ ਜਿਵੇਂ ਮਾਂ ਜੀਵਨ ਦੇ ਅਖੀਰਲੇ ਪਲਾਂ ਵੱਲ ਵਧੀ ਹੈ, ਉਹ ਜ਼ਿੰਦਗੀ ਦੇ ਵੱਡੇ ਦੁੱਖ ਮਾਂ ਨੂੰ ਨਾ ਪੈਂਦੇ ਤਾਂ ਇਹ ਜੀਵਨ ਸੁਖਾਲਾ ਕੱਟਿਆ ਜਾ ਸਕਦਾ ਸੀ। ਮਾਂ ਦੁੱਖਾਂ ਨੂੰ ਨਾਲ ਲੈ ਕੇ ਗਈ ਹੈ। ਸਰਦਾਰ ਕੁਲਵੰਤ ਸਿੰਘ, ਸਰਦਾਰ ਜਗਤਾਰ ਸਿੰਘ ਸੇਖੋਂ ਸਾਹਿਬ ਸਮੁੱਚਾ ਪਰਿਵਾਰ ਅੱਜ ਦੁੱਖ ਦੀ ਘੜੀ 'ਚ ਹੈ। ਕਾਂਗਰਸ ਪਾਰਟੀ ਵੱਲੋਂ ਸੂਬਾ ਸਕੱਤਰ ਹੋਣ ਨਾਤੇ ਸਰਦਾਰ ਸਾਧੂ ਸਿੰਘ ਜੀ ਧਰਮ ਸੋਧ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰਨਾ ਸੀ। ਮੈਨੂੰ ਹੁਕਮ ਹੋਇਆ ਕਿ ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾਵੇ। ਅਖੀਰ ਦੇ ਵਿੱਚ ਮੈਂ ਕਾਂਗਰਸ ਪਾਰਟੀ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਸਤਿਗੁਰਾਂ ਦੇ ਚਰਨਾਂ 'ਚ ਜਿੱਥੇ ਬੇਨਤੀ ਜੋ ਉਹਦੀ ਅਰਦਾਸ ਕਰਾਂ ਕਿ ਸਤਿਗੁਰ ਸਾਈਆਂ ਉਸ ਮਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਰੱਖਸੀ। ਉੱਥੇ ਤੁਸੀਂ ਸਾਰੇ ਸਮੁੱਚੀ ਸੰਗਤ, ਰਿਸ਼ਤੇਦਾਰ, ਭੈਣ ਭਾਈ ਅੱਜ ਸਿੱਖ ਹੋ ਪਰਿਵਾਰ ਦੇ ਦੁੱਖ 'ਚ, ਉਹਨਾਂ ਦਾ ਦੁੱਖ ਥੋੜ੍ਹਾ ਕਰਨ ਲਈ ਆਏ ਹੋ ਆਪਣਾ ਕੀਮਤੀ ਸਮਾਂ ਛੱਡ ਕੇ। ਤੁਹਾਡਾ ਸਾਰਿਆਂ ਦਾ ਆਪੋ ਆਪਣੇ ਕੰਮਾਂ ਕਰਾਂ ਤੋਂ ਕੀਮਤੀ ਸਮਾਂ ਕੱਢ ਕੇ ਸਿੱਖ ਹੋ ਪਰਿਵਾਰ ਨਾਲ ਦੁੱਖ ਸਾਂਝਾ ਕਰਨ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਿਆਣਾ ਦੀ ਕਹਾਵਤ ਹੈ ਕਿ ਖੁਸ਼ੀ 'ਚ ਸਾਂਭ ਲਵਾਉਣ ਨਾਲ ਖੁਸ਼ੀ ਵੱਧਦੀ ਹੈ ਔਰ ਦੁੱਖ 'ਚ ਆਉਣ ਨਾਲ ਦੁੱਖ ਘੱਟਦਾ। ਤੁਸੀਂ ਸਾਰਿਆਂ ਆ ਕੇ ਸਿੱਖ ਹੋ ਪਰਿਵਾਰ ਦਾ ਜਿਹੜਾ ਦੁੱਖ ਘਟਾਉਣ ਦਾ ਯਤਨ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿਗੁਰਾਂ ਦਾ ਸਰਬਤ ਸਾਹਾ ਲਿਖਿਆ ਮਿਲ ਕਰ ਪਾਵੇ ਤੇਲ ਦੇਹ ਸੱਜਣ ਅਸੀਸ ਦੀਆਂ ਜਿਉਂ ਹੋਵੇ ਸਹਿਬ ਸੁਮੇਲ। ਸਤਿਗੁਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਚੌਧਰੀ ਅਰਦਾਸ, ਸਾਈਆਂ ਸਤਿਗੁਰ ਉਸ ਨੇਕ ਮਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ ਭਾਣਾ ਮੰਗਣ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿੱਥੇ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਨਗਰ ਦੇ ਸਾਂਝੇ ਕੰਮਾਂ ਦੇ ਵਿੱਚ ਇਸ ਪਰਿਵਾਰ ਦਾ ਸਮੇਂ ਸਮੇਂ ਅਨੁਸਾਰ ਵਡਮੁੱਲਾ ਯੋਗਦਾਨ ਰਿਹਾ ਹੈ, ਅੱਜ ਵੀ ਮਾਤਾ ਜੀ ਦੀ ਅੰਤਮ ਅਰਦਾਸ ਸਮੇਂ ਪਰਿਵਾਰ ਵੱਲੋਂ ਆਪਣੀ ਦਸਾਂ ਨੂੰਹਾਂ ਦੀ ਕਿਰਤ ਕਮਾਈ ਨੂੰ ਸਫਲ ਕਰਦੇ ਹੋਏ ਜੋ ਕਿ ਇਸ ਗੁਰਦੁਆਰਾ ਸਾਹਿਬ ਵਾਸਤੇ 1100 ਰੁਪਏ ਅਤੇ 5-7 ਵਾਲੇ ਪੱਖੇ ਜੋ ਦਾਨ ਵਜੋਂ ਭੇਟਾ ਕੀਤੇ ਗਏ ਨੇ ਅਤੇ ਜੋ ਪਿੰਡ ਦਾ ਡੇਰਾ ਵਾ ਉਹਦੇ ਵਾਸਤੇ ਵੀ 1100 ਰੁਪਏ ਮਾਇਆ ਜਿਹੜੀ ਭੇਜੀ ਜਾਂਦੀ ਹੈ। ਸੋ ਮੈਂ ਸਮੁੱਚੇ ਨਗਰ ਵੱਲੋਂ ਪਰਿਵਾਰ ਦਾ ਧੰਨਵਾਦ ਕਰਦਾ ਹਾਂ।
जिन्हां ने अपनी कित कमाई नूं सफला करते हुए जिहड़ी मायावान ये सांझे कम्मां दे लई बड़मुल्ला जिहड़ा योगदान पाया है। सो अंत विच ते सारियां ही संगतां नूं दुबारा फिर परिवार वल्लों निमरता सहित बेनती है कि हुण प्रेम अते सत्कार दे नाल पहलां देख वरताई जावेगी। 1100 रुपए जिहड़ा स्कूल वास्ते मायावान गलती ना जिहड़ा बोलिया गया 1100 रुपए जिहड़ा स्कूल वास्ते मायावान वह परिवार वल्लों दित्ती गई है बहुत वधिया सोच है क्योंकि गुरु घर के लिए माया बहुत कतर होंगी आ पर जिहड़े स्कूल आ जितों पढ़ के बच्चे ने वधिया कोई कोई अफसर बनना जां कोई कीर्तनी बनना जां पाठी बनना उन्हां वास्ते परिवार की जिहड़ी वधिया सोच सदका 1100 रुपए माया जिहड़ी भेजी गई है। धन्नवाद है परिवार का, मैं समुचे परिवार का सूह नगर वासियों वालों धन्नवाद करता हाँ। ਅਤੇ ਨਾਲ ਹੀ ਸਾਰੀ ਸੰਗਤ ਵਿੱਚ ਤੇ ਜਨਮ ਵਿੱਚ ਪਰਿਵਾਰ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਹੁਣ ਪ੍ਰੇਮ ਅਤੇ ਸਤਿਕਾਰ ਦੇ ਨਾਲ ਪਹਿਲਾਂ ਦੇਗ ਵਰਤਾਈ ਜਾਵੇਗੀ। ਦੇਗ ਵਰਤਾਉਣ ਤੋਂ ਉਪਰੰਤ ਗੁਰੂ ਕੇ ਲੰਗਰ ਵੀ ਤਿਆਰ ਆ, ਚਾਹ ਦੇ ਲੰਗਰ ਵੀ ਤਿਆਰ ਆ। ਸਾਰੀਆਂ ਸੰਗਤਾਂ ਗੁਰੂ ਕੇ ਲੰਗਰ ਅਤੇ ਚਾਹ ਦੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।